ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਿਯੰਕਾ ਸਵਾਗਤ ਕਰਦੀ ਹਾਂ। ਤਪਾ ਮੰਡੀ ਦੇ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਘੁੰਸਾਂ ਦੇ ਕੋਲੋਂ ਬਣੀਆਂ ਦੋ ਅਲੱਗ ਅਲੱਗ ਘਿਓ ਤੇਲ ਦੀਆਂ ਫੈਕਟਰੀਆਂ ਨੂੰ ਪਿਛਲੀ ਰਾਤ ਅਚਾਨਕ ਅੱਗ ਲੱਗਣ ਕਾਰਨ ਫੈਕਟਰੀਆਂ ਦਾ 2 ਕਰੋੜ ਦਾ ਨੁਕਸਾਨ ਹੋ ਗਿਆ। ਜੁਗਲ ਕਿਸ਼ੋਰ ਐਂਡ ਕੰਪਨੀ ਦੇ ਮਾਲਕ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਇਸ ਫੈਕਟਰੀ ਵਿੱਚ ਘਿਓ ਅਤੇ ਤੇਲ ਦਾ ਕੰਮ ਕਰ ਰਹੇ ਹਨ। ਪਿਛਲੀ ਰਾਤ ਅਚਾਨਕ ਫੈਕਟਰੀ ਨੂੰ ਅੱਗ ਲੱਗਣ ਕਾਰਨ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ। ਉਹਨਾਂ ਨੂੰ ਨੇੜਲੇ ਪੋਲਟਰੀ ਫਾਰਮ ਤੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਫੈਕਟਰੀ ਨੂੰ ਅੱਗ ਲੱਗ ਚੁੱਕੀ ਹੈ, ਜਿਸ ਕਾਰਨ ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਭਾਰੀ ਮਸ਼ਕਤ ਨਾਲ ਅੱਗ ਤੇ ਕਾਬੂ ਪਾਇਆ। ਇਸੇ ਤਰ੍ਹਾਂ ਦੂਜੀ ਫੈਕਟਰੀ JK ਇੰਡਸਟਰੀ, ਜਿਸ ਵਿੱਚ ਵੀ ਘਿਓ ਅਤੇ ਤੇਲ ਬਣਾਉਣ ਦਾ ਕੰਮ ਚੱਲਦਾ ਸੀ, ਉਸ ਵਿੱਚ ਵੀ ਭਿਆਨਕ ਅੱਗ ਲੱਗਣ ਕਾਰਨ 60 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਜ਼ਿਕਰਯੋਗ ਹੈ ਕਿ ਦੋਵੇਂ ਫੈਕਟਰੀਆਂ ਪਿਓ ਅਤੇ ਪੁੱਤ ਦੀਆਂ ਪਿਛਲੇ 4 ਸਾਲਾਂ ਤੋਂ ਚੱਲ ਰਹੀਆਂ ਸਨ, ਜਿਨ੍ਹਾਂ ਦੋਵਾਂ ਦਾ ਨੁਕਸਾਨ ਕਰੀਬ 2 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਪੀੜਤ ਪਿਓ ਅਤੇ ਪੁੱਤ ਦੀਆਂ ਫੈਕਟਰੀਆਂ ਵਿੱਚ ਲੱਗੀ ਭਿਆਨਕ ਅੱਗ ਨਾਲ ਹੋਏ 2 ਕਰੋੜ ਦੇ ਨੁਕਸਾਨ ਕਾਰਨ ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮੇਰਾ ਨਾਮ ਵਿਜੇ ਕੁਮਾਰ ਹੈ। ਜੁਗਲ ਕਿਸ਼ੋਰ ਐਂਡ ਕੰਪਨੀ ਮੈਂ ਚਲਾਉਂਦਾ ਸੀ, ਨਾਲ ਹੀ ਮੇਰੇ ਬੇਟੇ ਦੀ ਜੁਗਲ ਦੀ ਫੈਕਟਰੀ ਸੀ। ਅਤੇ ਜੁਗਲ ਕਿਸ਼ੋਰ ਐਂਡ ਕੰਪਨੀ ਦੇ ਵਿੱਚ ਤਾਂ ਬਿਲਡਿੰਗ, ਮਸ਼ੀਨਰੀ, ਰੋ ਮਟੀਰੀਅਲ, ਸਟਾਕ ਸਾਰਾ ਕੁਝ ਖਤਮ ਹੋ ਗਿਆ। ਤਕਰੀਬਨ 1.5 ਕਰੋੜ ਦਾ ਲੋਸ ਉਹਦਾ ਹੈਗਾ। ਅਤੇ ਜੋ JK ਇੰਡਸਟਰੀ ਹੈ, ਉਹ 'ਚੋਂ ਬਿਲਡਿੰਗ ਬਚ ਗਈ, ਉਹਦੇ ਵਿੱਚ ਇਕੱਲਾ ਸਟਾਕ ਹੀ ਮੱਚਿਆ ਹੈਗਾ ਗਾ। ਸਟਾਕ ਤਕਰੀਬਨ 60 ਲੱਖ ਰੁਪਏ ਦਾ। ਦੋਨਾਂ ਫੈਕਟਰੀਆਂ ਦਾ ਤੁਸੀਂ ਮੰਨ ਕੇ ਚੱਲੋ 2 ਤੋਂ ਉੱਪਰ ਬਣੇ। ਦੇਖੋ ਜੀ, ਊਂ ਤਾਂ ਅਚਾਨਕ ਅੱਗ ਲੱਗੀ ਹੈ, ਸਾਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਜੱਜਮੈਂਟ ਲੋਕ ਦੇ ਰਹੇ ਹੈ, ਇਲੈਕਟ੍ਰੋਨਿਕਸ਼ੀਅਨ, ਇੰਜੀਨੀਅਰ ਜਾਂ ਹੋਰ, ਉਹ ਇਹ ਕਹਿ ਰਹੇ ਹੈਗੇ ਵੀ ਇਹ ਸਪਾਰਕਿੰਗ ਨਾਲ ਅੱਗ ਲੱਗੀ ਹੈਗੀ। ਸਪਾਰਕਿੰਗ ਦੇ ਨਾਲ ਜਿਹੜਾ ਹੈ ਅੱਗ ਦੀ ਪਾਈਪ, ਜਿੱਥੇ ਜਿੱਥੋਂ ਦੀ ਇਹ ਪਾਈਪ ਘੁੰਮ ਰਹੀ ਸੀਗੀ, ਪਲਾਸਟਿਕ ਦੀ ਪਾਈਪ ਜਿੱਥੇ ਉਹ ਤਾਰ ਘੁੰਮ ਰਹੀ ਸੀ, ਉੱਥੇ ਉੱਥੇ ਅੱਗ ਘੁੰਮੀ ਹੈ। ਇਹਦਾ ਮਤਲਬ ਇਹੀ ਹੈ ਵੀ ਇਹ ਸਪਾਰਕਿੰਗ ਨਾਲ ਲੱਗੀ ਵੀ ਹੈ। ਇਹ ਰਾਤ 8:20 ਦੇ ਅੰਦਾਜ਼ਾ ਮੈਨੂੰ ਫੋਨ ਆਇਆ, ਮੈਨੂੰ ਨਹੀਂ ਪਤਾ ਕਦੋਂ ਲੱਗੀ ਹੈ, ਮੇਰੇ ਗੁਆਂਢੀ ਦਾ ਇੰਦਰਪਾਲ ਜੀ ਦਾ ਫੋਨ ਆਇਆ ਗਾ, ਮਿੱਤਲ ਪੋਲਟਰੀ ਫਾਰਮ ਵਾਲਿਆਂ ਦਾ। ਚੌਕੀਦਾਰ ਹੈਗਾ ਜੀ, ਚੌਂਕੀਦਾਰ ਹੀ ਭੱਜ ਕੇ ਉਹਨਾਂ ਕੋਲ ਗਿਆ, ਵੀ ਕੇ ਜਾ ਕੇ ਆਪਣੀ ਉਹ ਬਚਾਉਣ ਵਾਸਤੇ। ਕਦੇ ਕਾਬੂ ਪਾਇਆ ਗਿਆ ਜੀ ਆਪਣੀ ਜਿਹੜੀ ਇਹ ਹੈਗੀ ਹੈ ਬਰਨਾਲਾ ਫਾਈਬਰ ਗੇਟ ਵਾਲਿਆਂ ਨੇ ਅੱਗ 'ਤੇ ਕਾਬੂ ਪਾਇਆ, ਔਰ ਉਹਨਾਂ ਦੀਆਂ 6-7 ਗੱਡੀਆਂ ਆਈਆਂ। ਉਹਨਾਂ ਨੇ ਰਾਮਪੁਰੇ ਤੋਂ ਵੀ ਬੁਲਾਇਆ, ਬਰਨਾਲਾ ਤੋਂ ਵੀ ਬੁਲਾਇਆ, ਏਅਰਫੋਰਸ ਤੋਂ ਵੀ ਬੁਲਾਇਆ ਸੀ। ਉਹਨਾਂ ਧੰਨਵਾਦੀ ਪੁਲਿਸ ਦੇ DSP ਸਾਹਿਬ ਆਏ, ਪਟਿਆਲਾ ਦੇ DSP ਸਾਹਿਬ ਮੈਨੂੰ ਮਿਲੇ, ਉਹਦੇ ਉਹ ਇੱਥੇ ਸੀਗੇ, ਸਾਰੀ ਪੁਲਿਸ ਉਹਦੇ ਸੀਗੀ। ਤਪਾ ਮੰਡੀ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ। ਸੀਵਨ ਨਿਊਜ਼ ਦੀਆਂ ਜ਼ਿਆਦਾ ਅਪਡੇਟਸ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ।